ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਦਿਸ਼ਾਪ ਦੇ ਨਿਊਜ਼ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 2022 ਦੀਆਂ ਚੋਣਾਂ ਬੜੀ ਤੇਜ਼ੀ ਨਾਲ ਅੱਗੇ ਆ ਰਹੀਆਂ ਨੇ ਅਸੀਂ ਪਿੰਡਾਂ ਦਾ ਸਰਵੇਖਣ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕੰਮ ਹੋਏ ਨੇ ਤੇ ਕਿਹੜੀ-ਕਿਹੜੀ ਸਰਕਾਰਾਂ ਦੇ ਕਿੱਦਾਂ ਦੇ ਕੰਮ ਕਰ ਰਹੇ ਨੇ ਅਸੀਂ ਪਿੰਡ ਆਏ ਹੋਏ ਹਾਂ ਪਿੰਡ ਖਾਨਪੁਰ ਬੰਗੜ ਦੇ ਵਿੱਚ ਜਿੱਥੇ ਸਾਡੇ ਨਾਲ ਪਿੰਡ ਦੇ ਸਰਪੰਚ ਖੜੇ ਨੇ ਤੇ ਪੰਚ ਖੜੇ ਨੇ ਹੋਰ ਵੀ ਮੈਂਬਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਪਿੰਡ ਦਾ ਵਿੱਚ ਕੰਮ ਰਿਹਾ ਕਿ ਜੋ ਸਰਕਾਰਾਂ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਾਡੇ ਐਮਐਲਏ ਨੇ ਜੀ ਬਹੁਤ ਕੰਮ ਕਰੀ ਸਾਡੇ ਜੀ ਸਾਡੀ 60 ਤੋਂ ਲੈਟਰੀਆਂ ਕਰੀ ਜੀ ਸਾਡੇ ਪਿੰਡ ਚ ਲਿਆਈਆਂ ਬਾਕੀ ਕੋਈ ਗਲੀਆਂ ਨਾਲੀਆਂ ਕੋਈ ਘਾਟ ਨਹੀਂ ਛੱਡੀ ਬਾਕੀ ਕਨਾਲਾ ਸਾਡਾ ਉਹਨੂੰ 10 ਲੱਖ ਰੁਪਏ ਦਿੱਤਾ ਜੀ ਬਾਕੀ ਧਰਮਸ਼ਾਲਾ ਦਿੱਤਾ ਜੀ 28 ਲੱਖ ਰੁਪਏ ਸਾਨੂੰ ਗ੍ਰਾਂਟ ਦੇ ਕੇ ਜੀ ਪਹਿਲਾਂ 25 ਲੱਖ ਰੁਪਏ ਬਹਿਰ ਦਿੱਤਾ ਜੀ ਸਾਨੂੰ ਅੱਛਾ ਜੀ ਇੱਥੇ ਪਿੰਡ ਚ ਕੋਈ ਘਾਟ ਨਹੀਂ ਛੱਡੀ ਜੀ ਬਹੁਤ ਵਧੀਆ ਕੰਮ ਕੀਤੇ ਜੀ ਨੇ ਐਮਐਲਏ ਸਾਹਿਬ ਨੇ ਆਪਣੇ ਉਹ ਪੈਸੇ ਦੇ ਨਾਲ ਕੀ ਕੀ ਪਿੰਡ ਦੇ ਵਿੱਚ ਕੀ ਕੀ ਕੰਮ ਹੋਇਆ ਇੱਕ ਤਾਂ ਲੈਟਰੀਆਂ ਕਰੀ ਜੀ ਆਪਾਂ ਨੇ 60 ਲੈਟਰੀਆਂ ਬਾਕੀ ਗੜੀਆਂ ਕਰੀ ਜੀ ਨਾਲੀਆਂ ਕਰੀ ਬਾਕੀ ਧਰਮਸ਼ਾਲਾ ਜੀ ਆਪਣੀ ਦੋ ਇੱਕ ਜਰਨਲ ਇੱਕ ਹਰੀ ਜਨਾਗੀ ਜੀ ਠੀਕ ਹੈ ਜੀ ਇੱਕ ਸਾਡਾ ਨਾਲਾ ਜੀ ਬਾਹਰ 10 ਕਿੱਲਾਂ ਦਾ ਉਹ ਕਰਨਾ ਜੀ ਅਸੀਂ ਐ ਪਲੇ ਕੰਮ ਕੰਮ ਚੱਲ ਰਾਇਆ ਗ੍ਰਾਂਟ ਆਈ ਵੀ ਉਹਦੀ ਜੀ ਯਾਨੀ ਕਿ ਜਿਵੇਂ ਕਿ ਕੰਮ ਚਲੇ ਰਹੇ ਨੇ ਕਦੇ ਦੇਖਿਆ ਤੁਸੀਂ ਕਿ ਪਹਿਲਾਂ ਸਰਕਾਰਾਂ ਦੇ ਟਾਈਮ ਦੇ ਵਿੱਚ ਹੋਰ ਐਮਐਲਏ ਦੇ ਉਸ ਦੇ ਵਿੱਚ ਕੰਮ ਇਦਾਂ ਦੇ ਹੋਏ ਹੋ ਨਹੀਂ 10 ਸਾਲ ਬਾਅਦ ਸਾਡੇ ਜਦੋਂ ਐਮਐਲਏ ਆਏ ਜਾਂ ਤੇ ਕੰਮ ਹੋਏ ਤੇ 10 ਸਾਲ ਪੁਰਾਣੇ ਜੀ ਕੋਈ ਕੰਮ ਨਹੀਂ ਕੱਢੀ ਸਰਕਾਰ ਨੇ ਸਾਡੇ ਅੱਛਾ ਜੀ ਨਹੀਂ ਕਦੀ ਕੰਮ ਨਹੀਂ ਨਾ ਤੁਹਾਨੂੰ ਕਦੀ ਕਦੀ ਗ੍ਰਾਂਟ ਮਿਲੀ ਜਾਨੀ ਨਹੀਂ ਅੱਜ ਕੀ ਮਿਲੀ ਜੀ ਗ੍ਰਾਂਟ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਇਸ ਵਾਰ ਕੰਮ ਕਿਦਾਂ ਦੇ ਹੋਏ ਨੇ ਪਿੰਡ 'ਚ ਇੰਨਾ ਵਿਕਾਸ ਕਦੀ ਨਹੀਂ ਹੋਇਆ ਜਦ ਜਦ ਕੇ ਐਮਐਲਏ ਬਣ ਰਹੇ ਸਾਰੇ ਜੀ ਜੀ ਹਾਂ ਇਸ ਐਮਐਲਏ ਨੇ ਏਰੀਆ ਲੈਣੀ ਪਈ ਉਹ ਘਾ ਵੀ ਪੈਸੇ ਮਕਾਓ ਦੁਆਰੇ ਹੋਰ ਲੈ ਲਿਓ ਅੱਛਾ ਆਖ ਦੇਣਾ ਹੈ ਕਿ ਪੈਸੇ ਲੈ ਜੋ ਜਿਨੇ ਖਤਮ ਕਰਕੇ ਫੇਰ ਲੈ ਜੋ ਫੇਰ ਲੈ ਜਾਇਗਾ ਪਰ ਤੁਸੀਂ ਲਾਨੇ ਹੋ ਪਿੰਡ ਦੇ ਵਿੱਚ ਇੰਨਾ ਪੈਸਾ ਯਾਨੀ ਸਰਪੰਚੇ ਬਹੁਤ ਠੰਡਾ ਚੱਲ ਰਿਹਾ ਅੱਛਾ ਕੰਮ ਥੋੜੇ ਲੇਟ ਤੋਂ ਬਹੁਤ ਲੇਟ ਚੱਲ ਰਿਹਾ ਪਰ ਕੰਮ ਤਾਂ ਹੋ ਰਿਹਾ ਨਾ ਹਾਂ ਕੰਮ ਹੋ ਰਿਹਾ ਯਾਨੀ ਆਉਣੇ ਵਾਲੇ ਸਮੇਂ ਦੇ ਵਿੱਚ ਜੀ ਜੇ ਗੱਲ ਕਰੀਏ ਕਿ ਕਿੱਦਾਂ ਦਾ ਹੋਣਾ ਚਾਹੀਦਾ ਹੈ ਕਿ ਸਰਪੰਚ ਕਿੱਦਾਂ ਦੇ ਹੋਣੇ ਚਾਹੀਦੇ ਐਮਐਲਏ ਕਿੱਦਾਂ ਦਾ ਹੋਣਾ ਜਿਹਦੇ ਕਿ ਪਿੰਡ ਦਾ ਵਿਕਾਸ ਹੋਵੇ ਜੀ ਦੇਖੋ ਜੀ ਜਿਹੜੇ ਵਧੀਆ ਕੰਮ ਕਰ ਰਹੇ ਹੈ ਜੀ ਐਮਐਲਏ ਉਹੀ ਹੋਣ ਚਾਹੀਦੇ ਸਰਪੰਚ ਵੀ ਉਹੀ ਹੋਣੇ ਚਾਹੀਦੇ ਜਿਹੜੇ ਕੋਈ ਪਿੰਡ ਵੱਲ ਵਧੀਆ ਕੰਮਕਾਰ ਕਰਨ ਸਹੀ ਗੱਲ ਹੈ ਜੀ ਆਣੇ ਵਾਲੇ ਸਮੇਂ ਦੇ ਵਿੱਚ ਫਿਰ ਵੋਟ ਕਿਹਨੂੰ ਜਾ ਰਹੀ ਹੈ ਜੀ ਤੁਹਾਡੀ ਬੋਰਡ ਜਿਹੜਾ ਵਧੀਆ ਕੰਮ ਕਰੇਗਾ ਜੀ ਬੋਰਡ ਤਾਂ ਉਸ ਨੂੰ ਜਾਣੀ ਹੈ ਹੁਣ ਜਿੱਦਾਂ ਕੰਮ ਹੋ ਰਹੇ ਨੇ ਹੁਣ ਤੁਹਾਨੂੰ ਲੱਗਦਾ ਕਿ ਕਿਨੂੰ ਵੋਟ ਜਾਣੀ ਚਾਹੀਦੀ ਹੈ ਜੀ ਬੋਰਡ ਦਾ ਇਸ ਨੂੰ ਜਾਏਗੀ ਜੀ ਫਿਰ ਜਿਹੜਾ ਕੰਮ ਵਧੀਆ ਕਰੇਗਾ ਹਰਿਆਲ ਕਮੋਜ ਵਧੀਆ ਕੰਮ ਕਰ ਰਿਹਾ ਹੈ ਬੋਰਡ ਤਾਂ ਇਸ ਨੂੰ ਪਵੇਗੀ ਨਾ ਅੱਛਾ ਜੀ ਭਾਜੀ ਤੁਹਾਡਾ ਕੀ ਨਾਮ ਹੈ ਜੀ ਹਰਮੇਸ਼ ਕੁਮਾਰ ਜੀ ਹਰਮੇਸ਼ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪਿੰਡਾਂ ਦੇ ਕਦੇ ਇਦਾਂ ਦਾ ਕਦੇ ਪਹਿਲਾਂ ਹੋਇਆ ਕਿ ਹੋਰ ਪਾਰਟੀਆਂ ਵੀ ਬਹੁਤ ਆਈਆਂ ਨੇ ਕਿਹਨੂੰ ਵੋਟ ਜਾਣੀ ਚਾਹੀਦੀ ਹੈ ਜੇਪੀ ਇਹ ਜੇ ਗੱਲ ਕਰੀਏ ਕਿ ਵੋਟਾਂ ਖਰੀਦੀਆਂ ਜਾਂਦੀਆਂ ਨੇ ਪਰ ਜਦ ਕੰਮ ਬੋਲਦਾ ਮੂੰਹ ਬੋਲਦਾ ਫਿਰ ਕੀ ਕਹਿਣਾ ਚਾਹੂਗੇ ਕਿਹਨੂੰ ਵੋਟ ਜਾਣੀ ਚਾਹੀਦੀ ਬਿਲਕੁਲ ਜਿਹੜਾ ਆਪਣਾ ਵਧੀਆ ਕੰਮ ਕਰ ਰਹੇ ਆ ਪਹਿਲਾਂ ਸਲੋ ਸੀ ਹੁਣ ਬਹੁਤ ਤੇਜ਼ੀ ਨਾਲ ਹੋ ਰਿਹਾ ਕੰਮ ਬਹੁਤ ਵਧੀਆ ਵਧੀਆ ਗਰੰਟਾਂ ਆਈਆਂ ਪਿੰਡ ਨੂੰ ਵਧੀਆ ਜਿੰਨੀ ਵੀ ਹੈ ਤੇ ਮਤਲਬ ਥੋੜ੍ਹਾ-ਬੋੜ ਫਰਮੀਆਂ-ਫੁਰਮੀਆਂ ਦਾ ਕੰਮ ਰਹਿ ਰਿਹਾ ਸੀ ਜੀ ਉਹ ਹੋ ਗਿਆ ਨਾਲੇ ਦਾ ਕੰਮ ਹਰੇ ਰਹਿਂਦਾ ਗ੍ਰਾਂਟ ਆ ਗਈ ਪੈ ਪਾ ਗਏ ਉਹਦੇ ਸਾਰਾ ਕੁਝ ਆ ਗਿਆ ਉੱਤੇ ਕੰਮ ਲੱਗਣ ਵਾਲਾ ਹੈ ਬਾਕੀ ਇੰਨਾ ਕੋ ਰਿਹਾ ਨਹੀਂ ਹੈ ਜਿਹੜਾ ਪਿੱਛੇ ਮਤਲਬ ਆਪਾਂ ਕਹਿ ਸਕਦੇ ਆ ਵੀ ਪਿੰਡ ਦਾ ਛੱਡਿਆ ਨਹੀਂ ਸਾਰੀ ਗ੍ਰਾਂਟਾਂ ਆ ਗਈਆਂ ਬਾਕੀ ਧਰਮਸਾਲਾਂ ਦੀ ਰਿਪੇਅਰ ਪੂਰ ਦੇ 5 ਲੱਖ ਰੁਪਈਆ ਅੱਛਾ ਜੀ ਮੈਂ ਜਨਰਲ ਧਰਮਸਾਲਾਂ ਦਾ ਅੱਛਾ ਜੀ 5 ਲੱਖ ਰੁਪਈਆ ਆਪਣਾ ਹਰੀਜੰਨ ਧਰਮਸਾਲਾਂ ਦਾ ਐਮਐਲਏ ਸੰਭਾਉਂ ਵਾਲਮਿਕੀਆਂ ਵਾਸਤੇ ਵੀ 3 ਲੱਖ ਰੁਪਈਆ ਐਮਐਲਏ ਸਾਹਿਬ ਨੇ ਭੇਜਤਾ ਬਹੁਤ ਵਧੀਆ ਜੀ ਸਰਪੰਚ ਨਾਲ ਸਰਪੰਚ ਸਾਹਿਬ ਨਾਲ ਫਿਰ ਮਿਲ ਗੱਲ ਕਰਾਂਗੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਫਿਰ ਕਿਦਾਂ ਦਾ ਸਹਿਯੋਗ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਿਹਾ ਮਾਰਿਆ ਗਿਆ ਬੋਟਾ ਦਾ ਹਰदयाल ਸਿੰਘ ਕੰਬੋਜੀ ਨੂੰ ਕਿਦਾਂ ਦਾ ਸਹਿਯੋਗ ਰਹੇਗਾ ਬਹੁਤ ਵਧੀਆ ਸਹਿਯੋਗ ਰਹੇਗਾ ਜੀ ਵਧੀਆ ਰਹੇਗਾ ਸਾਡਾ ਅਸੀਂ ਐਮਐਲਏ ਨੇ ਬੋਟਾ ਪਾਗੇ ਸੀ ਬਹੁਤ ਵਧੀਆ ਸਹਿਯੋਗ ਹੋਊਗਾ ਸਾਡਾ ਫੁੱਲ ਬੋਟਾ ਹੋਣਾ ਇਹਨੇ ਆਪਣਾ ਕੰਮੇ ਬਹੁਤ ਕੀਤਾ ਜੀ ਐਮਐਲਏ ਸਾਹਮਣੇ ਕੋਈ ਕੰਮ ਨਹੀਂ ਛੱਡੇ ਸਾਡੇ ਬੰਦੇ ਸਾਡੇ ਮਿੰਟ ਚ ਪਹਿਲਾਂ ਕੋਈ ਗ੍ਰਾਂਟ ਨਹੀਂ ਕੋਈ ਐਡਾ ਕੰਮ ਨਹੀਂ ਜਿਹੜੇ ਹੁ ਬਹੁਤ ਵਧੀਆ ਕੰਮ ਹੋਇਆ ਜੀ ਸਾਰੇ ਇਲਾਕੇ ਵਿੱਚ ਸਾਡੇ ਏਰੀਆ ਵਿੱਚ 5 ਫੁੱਟ ਲਾਦੇ ਇਹਨੇ 5 ਫੁੱਟ ਲਾਤੇ ਜੀ ਸਾਰੇ ਸਾਰੇ ਏਰੀਆ ਜਪੜੇ ਵਿੱਚ ਸੜਕਾਂ 18 ਫੁੱਟ ਸੜਕਾਂ 18 ਫੁੱਟ 18 ਫੁੱਟ ਕਰਤੀ ਇਹਨਾਂ ਬੜੀਆ ਕੰਮ ਕੀਤੇ ਜੀ ਬੜੀਆ ਸੋ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਠੀਕ ਹੈ ਸੋ ਅਸੀਂ ਆਏ ਹੋਇਆ ਜੀ ਖਾਨਪੁਰ ਪਿੰਡ ਦੇ ਵਿੱਚ ਜਿੱਥੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਪੰਚ ਸਾਹਿਬ ਨਾਲ ਗੱਲਬਾਤ ਕੀਤੀ ਤੇ ਇਹੀ ਕਹ ਆਖਦੇ ਨੇ ਕਿ ਜੋ ਹਰਦੀয়াল ਸਿੰਘ ਕਬੂਤ ਜੀ ਨੇ ਕੰਮ ਕੀਤੇ ਨੇ ਉਹ ਕਦੇ ਕਿਸੇ ਸਰਕਾਰ ਨੇ ਨਹੀਂ ਕੀਤੇ ਔਰ ਸਾਡੀ ਵੋਟ ਹਮੇਸ਼ਾ ਹਰदयाल ਸਿੰਘ ਕੰਬੋਜ ਨੋ ਜਾਵੇਗੀ। ਸੋ ਦੇਖਦੇ ਰਹੋ ਦਿਸ਼ਾ ਅਪਡੇਟ ਨਿਊਜ਼ ਅਸੀਂ ਫੇਰ ਮਿਲਾਂਗੇ। ਧੰਨਵਾਦ।